चांजरती पावा छनका उनको ही देता नहीं खुदा पसोदा चले आए होगा डॉक्टर ने देना तेनु मां। अस्सलाम वालेकुम नाज़रीन, मैं हूं आपकी होस्ट रुखसारची मां। आप देख रहे हैं प्रोग्राम हमें जवाब दो। लिसे ले मेरी गाल सुन, छेती छेती कर लो, मैं के पठाना दे फंक्शन ते भी जाना। मैं तेरे मुंह ते रख के जाना माने ते दद हाथ फड़ा देने, बदतमीज इंसान। हां हां सेली तू ते अंज चढ़ गई है जिवें ट्रेन चढ़ जांदी है। छेती छेती गल कोई ते तपड़ी लाना ही है ए स्टूडियो ए। 3 घंटे तो इथे लिया के पाया है तू नलगा से, 3 घंटे इधर बिठाया है। हाथ आला खुसरा ना दूध ना दही निरी यही है ਵੇ ਜੇ ਜਿਹੜੇ ਤੂੰ 50 ਦੇਣੇ ਨਾ ਦੇਈ ਛੇਤੀ ਛੇਤੀ ਕਰ ਲੋ ਪੂਰੀ ਰਾਤ ਨੱਚ ਕੇ ਨਾ ਹਲੇ ਖੁਸਰੇ ਸਿਰਫ 50 ਰੁਪਏ ਮਿਲਦੇ ਨੇ ਛੇਤੀ ਛੇਤੀ ਕਰ ਆ ਹਾਏ ਸਹੇਲੀ ਅੱਜ ਮੈਂ ਇੱਕ ਪਠਾਣਾ ਦੇ ਫੰਕਸ਼ਨ ਤੇ ਗਈ ਹੂੰ ਅੱਛਾ ਸਾਰੀ ਰਾਤ ਨੱਚੀ ਖਾਨ ਸਾਹਿਬ ਨੂੰ ਕਿਹਾ ਖਾਨ ਸਾਹਿਬ ਮੂੰਜੂ ਕੁਛ ਲਗਾਓ ਖਾਨ ਸਾਹਿਬ ਨੇ ਮੈਨੂੰ ਚੁੰਡੀ ਬਣਾ ਕੇ ਲਾਤੀ ਸਹੇਲੀ ਮੈਂ ਤੈਨੂੰ ਦੱਸਾਂ ਨਹੀਂ ਬਕਵਾਸ ਬੰਦ ਕਰ ਦੱਸਾਂ ਸਾਰਾ ਮੇਰਾ ਪ੍ਰੋਗਰਾਮ ਖਰਾਬ ਕਰਤਾ ਇੰਨਾ ਸੋਹਣਾ ਮੈਂ ਪਿਆਰਾ ਮੋਰਸ ਹਮੇ ਜਵਾਬ ਦੋ ਅੱਜ ਮੈਂ ਜਵਾਬ ਲੈਣਾ ਸੀ ਆਵਾਪ ਕੋਲੋ ਲੋਕਾਂ ਕੋਲੋ ਮੈਸੇਜ ਲੈਣਾ ਸੀ ਤੁਸੀਂ ਤੇ ਮੇਰਾ ਦਿਮਾਗ ਹੀ ਫੜ ਕੇ ਖਰਾਬ ਕਰਤਾ ਓ ਹੋ ਹੋ ਸ਼ੈਲੀ ਮੈਂ ਤੇ ਤੈਨੂੰ ਆਪਣੀਆਂ ਕੁਆਲਿਟੀਆਂ ਦੱਸ ਰਹੀ ਆ ਤੈਨੂੰ ਕੀ ਪਤਾ ਹੋਵੇ ਮੈਂ ਦੱਸ ਰਿਹਾ ਤੂੰ ਐਸੀ ਹੈ ਹੈ ਓ ਹੋ ਤੂੰ ਮੇਰੀ ਗੱਲ ਨਹੀਂ ਸਮਝ ਰਹੀ ਤੇਰੇ ਘਰ ਕੋਈ ਆਮ ਖੁਸਰਾ ਨਹੀਂ ਆਇਆ ਓਏ ਹੋਈ ਹੋਈ ਸੁਨਾਲੀ ਬਾਂਦਰੇ ਆਈ ਹੈ ਤੇਰੇ ਘਰ ਮੈਂ ਆਖਿਆ ਸ਼ਾਇਦ ਸ਼ਰਕਪੁਰ ਦਾ ਖੁਸਰਾ ਆਇਆ ਓ ਉਹ ਸ਼ਰਕਪੁਰ ਦਾ ਖੁਸਰਾ ਹੈ ਤੂੰ ਗੁਲਾਬ ਜਾਮਨ ਸਮਝ ਰਹੀ ਹੈ ਮੇਰੀ ਗੱਲ ਸੁਣ ਮੈਂ ਤੈਨੂੰ ਅੱਜ ਇੱਕ ਗੱਲ ਦੱਸਣ ਲੱਗੀ ਹਾਂ ਸੇਲੀ ਓਏ ਹੋਏ ਹੋਏ ਮੈਂ ਗਈ ਕਮਿਆਰਾ ਦੇ ਘਰ ਨੱਚਣ ਸੇਲੀ ਫਿਰ ਓਏ ਮੈਂ ਸਾਰੀ ਰਾਤ ਨੱਚੀ ਸਵੇਰੇ ਉੱਠ ਕੇ ਮੈਂ ਕਮਿਆਰ ਨੂੰ ਕਿਹਾ ਮੈਂ ਕਿਹਾ ਸਰ ਮੈਨੂੰ ਕੁਝ ਲਾਓ ਉਹਨੇ ਮੇਰੇ ਪਿੱਛੇ ਖੋਤਾ ਲਾਤਾ ਤੈਨੂੰ ਅੱਜ ਮੈਂ ਉਹ ਕਹਾਣੀਆਂ ਸੁਣਾਣੀਆਂ ਉਹ ਗੱਲਾਂ ਦੱਸਣੀਆਂ ਮੈਂ ਇੱਕ ਜਗ੍ਹਾ ਤੇ ਨੱਚਣ ਗਈ ਮੈਂ ਸਾਰੀ ਰਾਤ ਨੱਚੀ ਘਰ ਸੀ ਰਾਈਆਂ ਦਾ ਸਾਰੀ ਰਾਤ ਨੱਚੀ ਸੁਬਹ ਉੱਠ ਕੇ ਮੈਂ ਰਾਈ ਨੂੰ ਕਿਹਾ ਮੈਂ ਕਿਹਾ ਸਾਹਿਬ ਮੈਨੂੰ ਕੁਛ ਲਾਓ ਉਹਨੇ ਮੇਰੇ ਪਿੱਛੇ ਕੂਪੂ ਕਾਲਾ ਗੱਡਾ ਲਾਤਾ ਮੈਂ ਤੈਨੂੰ ਕੀ ਦੱਸਾਂ ਮੈਂ ਤੈਨੂੰ ਇੱਕ ਗਾਣਾ ਸੁਣਾਵਾਂ ਸੁਣਾ ਮੈਂ ਆਪਣੇ ਗੁਰੂ ਦੀ ਸ਼ਾਨ ਚ ਗਾਣਾ ਲਿਖਿਆ ਹੈ ਠੀਕ ਹੈ ਸੁਣਾ ਚੱਲ ਵੇ ਵਜਾਣਾ ਹੀ ਚੱਲ ਸੁਣਾ ਫਿਰ ਅੱਜ ਖੁਸਰਾ ਪਸ਼ਾਰ ਵੱਲੋਂ ਕੋਈ ਕੋਈ ਲੰਘਦਾ 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 ਗਾਗ ਮੋਟਾ ਹੋਵੇ ਪੈਸੇ ਵੀ ਨਹੀਂ ਮੰਗਦਾ ਗਾਗ ਮੋਟਾ ਹੋਵੇ ਪੈਸੇ ਵੀ ਨਹੀਂ ਮੰਗਦਾ ਖੁਸਰਾ ਪਸ਼ਾਰ ਵੱਲੋਂ ਕੋਈ ਕੋਈ ਲੰਘਦਾ ਖੁਸਰਾ ਪਸ਼ਾਰ ਕੋਈ ਕੋਈ ਲੰਘਦਾ ਗੁਰੂ ਚੇਲਿਆਂ ਨੂੰ ਨਾਮ ਹੈ ਸਨਾਨਾ ਉਹ ਦੂਜਾ ਨਾਮ ਨਾ ਕੋਈ ਨਾਮ ਹੈ ਸਨਾਨਾ ਦੂਜਾ ਨਾਮ ਨਹੀਂ ਕੋਈ ਨੱਚਣੇ ਕੇ ਇਲਾਵਾ ਸੇਲੀ ਮੈਂ ਤੈਨੂੰ ਬੜੀਆਂ ਬੜੀਆਂ ਇਹ ਸੇਲੀ ਕੀ ਹੁੰਦਾ ਹੈ ਤੁਮੇ ਤਮੀਜ਼ ਬਿਲਕੁਲ ਨਹੀਂ ਹੈ ਹਾਏ ਹਾਂ ਹਾਏ ਕੀ ਹੋ ਅੜੀਏ ਮੈਂ ਤੈਨੂੰ ਸੇਲੀ ਬਣਾ ਰਹੀ ਹਾਂ ਮੈਂ ਤੈਨੂੰ ਕੀ ਕਹਿ ਦਿੱਤਾ ਮੈਂ ਮੈਡਮ ਹੂੰ ਚੈਨਲ ਕੀ ਓਨਰ ਹੂੰ ਚੈਨਲ ਪੇ ਕਾਮ ਕਰਤੀ ਹੂੰ ਐਂਕਰ ਪਰਸਨ ਹੂੰ ਓਹੋ ਸੇਲੀ ਸੇਲੀ ਕਿਹੜਾ ਗਨਾ ਹੁੰਦਾ ਹੈ ਸੇਲੀ ਮੇਰੀ ਗੱਲ ਸੁਣ ਸੇਲੀ ਜਹਿਲ ਲੋਕ ਕਹਤੇ ਪਿੰਡ ਵਾਲੇ ਗਾਉਂ ਵਾਲੇ ਅੱਛਾ ਚੱਲ ਮੈਂ ਤੈਨੂੰ ਫਿਰ ਕੀ ਕਵਾਂ ਮੁਝੇ ਮੈਡਮ ਬੋਲੋ ਨਾ ਮੈਡਮ ਜੀ ਜੀ ਇਹਨਾਂ ਨੂੰ ਬੁਰਾ ਭਲਾ ਨਹੀਂ ਕਹੀਦਾ ਇਹਨਾਂ ਦੀ ਦੁਆ ਬੜੀ ਲੱਗਦੀ ਹੈ ਹਾਂ ਇਹਨਾਂ ਕੋ ਦੁਆ ਲੈਣੀ ਚਾਹੀਦੀ ਹੈ ਹਾਂ ਐ ਬੜੀ ਸਿਆਣ ਐ ਕੁੜੀ ਬੜੀ ਸਿਆਣੀ ਹੋ ਤੁਸੀਂ ਕੌਣ ਜੇ ਮੈਂ ਜੱਟੀ ਪੰਜਾਬ ਦੀ ਇਹ ਬੋ ਹੈ ਜਰਾਬ ਦੀ ਵੇ ਮੈਡਮ ਜੀ ਤੁਸੀਂ ਮੈਂ ਤਾਂ ਸੈਸਾ ਦੇ ਪ੍ਰੋਗਰਾਮ ਕਰਨ ਬੁਲਾਇਆ ਸੀ ਲੇਕਿਨ ਇਹ ਇੱਥੇ ਮਰਾਸਕੂ ਨਾ ਆ ਰਿਹਾ ਮੈਂ ਕੀ ਕਰਾਂ ਮੈਂ ਤਾਂ ਕਿਹਾ ਸੀ ਮੈਂ ਤਾਂ ਆ ਕੇ ਪ੍ਰੋਗਰਾਮ ਕਰਾਂਗੀ ਆਪਣੀ ਸਿਆਸਤ ਤੇ ਆਪਣੇ ਪਿੰਡ ਦੀ ਗੱਲਾਂ ਦੱਸਾਂਗੀ ਕਿੰਨੀ ਮਹਿੰਗਾਈ ਹੋ ਰਹੀ ਹੈ ਅੱਜ ਕੱਲ ਮਹਿੰਗਾਈ ਨੂੰ ਛੱਡੋ ਸਿਆਸਤ ਨੂੰ ਛੱਡੋ
ਦਿਨ ਬਾਰੇ ਲੋਕ ਮਰਨ ਦੇ ਨੇ ਭੁੱਖ ਨਾਲ ਗੁਰਬਤ ਨਾਲ ਹੋਰ ਹੋਰ ਗੱਲਾਂ ਸ਼ਨਾਤੀ ਕਾਰਨ ਹੋਵੇ ਤਾਂ ਆਟਾ ਵੀ ਨਹੀਂ ਲੱਭਣਾ ਜੇ ਜੀ ਮਹਿੰਗਾਈ ਵੇਖੋ ਹੁਣ ਕਿੰਨੀ ਹੈ ਮੈਂ ਤੁਹਾਨੂੰ ਕਹਿੰਦੀ ਹਾਂ ਆਪਣੇ ਪ੍ਰੋਗਰਾਮ ਤੇ ਚਲਾਓ ਕਿ ਮਹਿੰਗਾਈ ਘੱਟ ਹੋਵੇ ਵਜ਼ੀਰ ਆਜ਼ਮ ਨੂੰ ਕਹੋ ਮਹਿੰਗਾਈ ਘੱਟ ਕਰੇ ਹਾਂ ਸਾਡੇ ਕਹਿੰਦੇ ਤਾਂ ਵਜ਼ੀਰ ਆਜ਼ਮ ਸੁਣਨਾ ਨਾ ਮਹਿੰਗਾਈ ਘੱਟ ਕਰੇ ਜਾਂ ਨਾ ਕਰੇ ਉਹਨੇ ਸਾਡੀ ਸੁਣਨੀ ਨਹੀਂ ਮੈਂ ਤੇ ਕਹਿੰਦਾ ਵਾਂ ਕਿ ਮੈਨੂੰ ਵਜ਼ੀਰ ਆਜ਼ਮ ਬਣਾ ਦਿਓ ਤੇ ਹਕੂਮਤ ਹਰ ਘਰ ਚ ਫ੍ਰੀ ਨੱਚੇਗੀ ਸੇਲੀ ਹਰ ਘਰ ਚ ਫ੍ਰੀ ਨੱਚੇਗੀ ਤੇਰੇ ਨਾਚਾ ਹੀ ਨਾਚਾ ਹੋਣਾ ਫਿਰ ਖਾਣਾ ਖੁਣਾ ਕੋਈ ਨਹੀਂ ਹੋਣਾ ਇਹ ਵੀ ਜੰਗ ਲੱਗੀ ਤੇ ਉਹਦੇ ਗੋਲੀਆਂ ਇਕੱਠੀਆਂ ਕਰਕੇ ਕਬਾੜੀਆਂ ਨੂੰ ਵੇਚਣ ਜਾਂਦੇ ਆ ਬਸ ਕਰੋ ਮੈਂ ਸਿਆਸਤ ਦੇ ਪ੍ਰੋਗਰਾਮ ਕਰਨੀ ਹੈ ਫੇਮ ਰਾਜ ਪੁਨਿਸ਼ ਨੂੰ ਕਰ ਦਿੰਦੇ ਨੇ ਨੀ ਚੁੱਪ ਕਰ ਲਈ ਤੇਰੇ ਵਰਗੀਆਂ ਮਹੱਲੇ ਦੀ ਕਮੇਟੀ ਲੈ ਕੇ ਨਾ ਦਿੰਦੀ ਕਿਹਦਾ ਤੂੰ ਸ਼ੋਰ ਪਾਇਆ ਕਰਵਾ ਦੇਣਾ ਤੇਰੇ ਪ੍ਰੋਗਰਾਮ ਇਹ ਹਮੇ ਜਵਾਬ ਦੋ ਪ੍ਰੋਗਰਾਮ ਹੈ ਇਹਦੇ ਚ ਹਰ ਕਿਸਮ ਦੀ ਗੱਲ ਹੋ ਸਕਦੀ ਹੈ ਸ਼ੇਲੀ ਵੈਸੇ ਤੇਰੇ ਕੱਪੜੇ ਤੇ ਇੰਜ ਲੱਗ ਰਿਹਾ ਜਿਵੇਂ ਤੂੰ ਜਾਨ ਕੱਢਣ ਆਈ ਸਾਡੀ ਮੈਂ ਕੱਢ ਨਹੀਂ ਲੈਣੀ ਏਡੀ ਤੂੰ ਸ਼ੋਹੀ ਕਿਤੇ ਰਹਿੰਦੀ ਸੱਤ ਰੰਗੀਆਂ ਪੁਵਾਦੇ ਚੂੜੀਆਂ ਸੱਤ ਰੰਗੀਆਂ ਪੁਵਾਦੇ ਚੂੜੀਆਂ जवाब दो पुलिस पै गई मैं फटाफट पा के आ गई ਕੋਈ ਗੰਜੇ ਨਾਲ ਕੋਈ ਮੰਜੇ ਨਾਲ ਕੋਈ ਖਾਣ ਨਾਲ ਜਿਹਦੇ ਨਾਲ ਵੀ ਲੋਕ ਰੂਟ ਹੋ ਰਹੇ ਨੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ ਸਿਆਸਤ ਹੁਣ ਕੁਛ ਨਹੀਂ ਰਹਿ ਗਿਆ ਜੇ ਨਾ ਰੋਟੀ ਲੱਭਦੀ ਨਾ ਦੁੱਧ ਲੱਭਦਾ ਨਾ ਗੈਸ ਆਉਂਦੀ ਹੈ ਨਾ ਬਿਜਲੀ ਆਉਂਦੀ ਹੈ सवाल किया तू दस तू कितो करानी मैं सहेली टांगे वाले अड्डे तो कुदरी चूड़ियां चढ़ान के खरा दी पहुंच ਸਹੀ ਵੇ ਤੂੰ ਜੁਗਤਾ ਨਾ ਕਰ ਬਿੱਲਿਆ ਜਿਆ ਅੱਛਾ ਜੀ ਕੁੱਤੇ ਆ ਜਿਆ ਅੱਛਾ ਮਹਿੰਗਾਈ ਇੰਨੀ ਹੈ ਅਗਲੇ ਨੇ ਇੱਥੇ ਢੋਲਕੀ ਬੰਨੀ ਹੀ ਦੇ ਹਾਏ ਜੋ ਇਹਦੇ ਢੇਡਾਂ ਦੇਖ ਕੇ ਮੈਨੂੰ ਯਾਦ ਆਇਆ ਇਹਦੀ ਇੱਕ ਫਿਲਮ ਆ ਰਹੀ ਜੇ ਕਿਹੜੀ ਨੌਕਰ ਬੋਟੀ ਦਾ ਵੇ ਇਹ ਖੁਸਰੇ ਦੀਆਂ ਬਦਦੁਆਵਾਂ ਹੀ ਲੈਣੀਆਂ ਜੇ ਇਹਦੀ ਵੀ ਇੱਕ ਫਿਲਮ ਆ ਰਹੀ ਸੀ ਮੇਰੇ ਬੱਚੇ ਦੀ ਅੱਛਾ ਹਾਂਗਕਾਂਗ ਦੇ ਛੋਲੇ ਅੱਛਾ ਇੰਜ ਲੱਗਦਾ ਜੀ ਬਲੱਡ ਲੋ ਆਇਆ ਤੈਨੂੰ ਸਹੇਲੀ ਬੱਚੇ ਨਾ ਦੋ ਜੁਗਤਾਂ ਤੇ ਫਿਰ ਮੈਂ ਵੇਖਾਂ ਤੇਰਾ ਬਲੱਡ ਲੋ ਹੁੰਦਾ ਕਿ ਨਹੀਂ ਤੂੰ ਮਾਰ ਖਸਰ ਜੁਗਤਾਂ ਮੈਂ ਤੇਰਾ ਸਿਰ ਨਾ ਪਾੜ ਦਵਾ ਫੜ ਕੇ ਐਡੀ ਤੂੰ ਜੁਗਤਾਂ ਬਣਣ ਆਈ ਮੈਨੂੰ ਇਹਦੀ ਇੱਕ ਹੋਰ ਫਿਲਮ ਆ ਰਹੀ ਹੈ ਕਿਹੜੀ ਇਹ ਖੁਸਰਾ ਪੰਜਾਬ ਦਾ ਮੈਡਮ ਜੀ ਜੀ ਤੁਹਾਡਾ ਡਾਇਰੈਕਟਰ ਕਿੱਥੇ ਰਹਿ ਗਿਆ ਨਹੀਂ ਡਾਇਰੈਕਟਰ ਨੂੰ ਗੋਲੀ ਮਾਰ ਲਈ ਤੂੰ ਆਪਣੀ ਗੱਲ ਕਰ ਸਹੇਲੀ ਉਹ ਤੇ ਨਾਣ ਗਿਆ ਮੈਨੂੰ ਗੋਲੀਆਂ ਬਣਾ ਕੇ ਡਾਇਰੈਕਟਰ ਨੂੰ ਗੋਲੀ ਮਾਰੋ ਤੁਸੀਂ ਆਪਣੀ ਗੱਲ ਕਰੋ ਉਹ ਕੀ ਇਹਨੂੰ ਕਾਲੀ ਪਈ ਹੈ 5 ਕਿਲੋ ਰੂਹ ਦਾ ਸਰਾਣਾ ਹੁੰਦਾ ਕਿਸ ਤਰ੍ਹਾਂ ਦੀ ਵੇ ਐਡੀ ਸੋਹਣੀ ਤੇ ਹੈਗੀ ਜੱਟੀ ਪੰਜਾਬ ਦੀ ਨੂੰ ਜੁਗਤਾ ਕਰ ਰਿਹਾ ਓਏ ਫੱਟੀ ਪੰਜਾਬ ਦੀ ਲੱਗਣ ਦੇ ਹੀ ਜੱਟੀ ਛੱਡ ਵੇ ਆਰਾਮ ਨਾ ਬਈ ਜੱਟੀ ਨੂੰ ਜੁਗਤ ਕੀਤੀ ਨਾ ਤੇ ਮੈਂ ਇੱਥੇ ਹੁਣੇ ਜਿੱਥੇ ਪੰਜਾਬ ਦੀ ਬਸ ਕਰ ਜੱਟੀ ਉਹ ਕਹਿ ਰਹੀ ਹੁਣ ਜੱਟੀ ਹੈ ਓਹੋ ਹੈਲੋ ਰਿਕਾਰਡਿੰਗ ਹੋ ਰਹੀ ਹੈ ਕੋਈ ਮਜ਼ਾਕ ਨਹੀਂ ਰੱਖੀ ਬਦਤਮੀਜ਼ੀ ਹੈ ਕੈਮਰੇ ਆਨ ਨੇ ਮੇਰਾ ਹਾਂ ਕੈਮਰੇ ਆਨ ਨੇ ਬਦਤਮੀਜ਼ੀ ਨਾ ਕਰੋ ਤਾਂ ਤਮੀਜ਼ ਨਹੀਂ ਹੈਗੀ ਬਹੁਤ ਬਦਤਮੀਜ਼ ਨੇ ਸਾਡੀ ਮਹਿਮਾਨ ਆਈ ਹੈ ਪਿੰਡੋਂ ਅਗਲੀ ਜਾ ਕੇ ਉੱਥੇ ਕੀ ਗੱਲਾਂ ਕਰੇਗੀ ਸ਼ਹਿਰ 'ਚ ਮੇਰੇ ਬਾਰੇ ਸਹੇਲੀ ਜਾ ਕੇ ਚੰਗੀਆਂ ਗੱਲਾਂ ਕਰੀ ਦੱਸੀ ਸ਼ਹਿਰ ਦੇ ਕੁਸਰੇ ਤੂੰ ਇਹ ਸਭ ਨਾ ਚੰਗਾ ਲੱਗਾ ਮੈਨੂੰ ਠੀਕ ਹੈ ਨਾ ਬਾਕੀ ਸਭ ਫਜ਼ੂਲ ਨੇ ਇੱਥੇ ਅੱਛਾ ਮੇਰੀ ਗੱਲ ਸੁਣੋ ਗੁੱਸਾ ਨਾ ਕਰੋ ਰਿਕਾਰਡਿੰਗ ਜਾ ਰਹੀ ਹੈ ਬਸ ਡਾਇਰੈਕਟਰ ਸਾਹਿਬ ਜੋ ਹੀ ਆਉਂਦੇ ਨਾ ਤੇ ਪ੍ਰੋਗਰਾਮ ਦਾ ਆਗਾਜ਼ ਹੋ ਜਾਏਗਾ ਸ਼ੁਰੂ ਤੇ ਹੋ ਚੁੱਕਿਆ ਪ੍ਰੋਗਰਾਮ ਕੱਲ ਇੱਕ ਫੰਕਸ਼ਨ ਤੇ ਗਿਆ ਉੱਥੇ ਇੰਨਾ ਰੋਇਆ ਮਿਰਚਾਂ ਦਾ ਸੁਰਮਾ ਪਾ ਬੈਠਾ ਸੀ ਵੇ ਸੱਚੀਆਂ ਗੱਲਾਂ ਕਿਉਂ ਕਰਨਾ ਵੇ ਪਾਗਲਾ ਜਿਹਾ ਇਹਨਾਂ ਨੂੰ ਵੇਖ ਕੇ ਮੈਨੂੰ ਆਪਣਾ ਵਾਕਿਆ ਯਾਦ ਆ ਗਿਆ ਮੇਰੇ ਇੱਕ ਸੇ
ਸਹੇਲੀ ਸੀ ਮੈਂ ਉਹਦੇ ਕੇ ਬਰਾਤ ਤੇ ਉਹਦੀ ਮੈਂ ਮਿਲੀ ਉੱਥੇ ਸੱਸ ਨਾਲ ਅੱਛਾ ਵਾਹ ਅੱਲਾ ਮਾਫ ਕਰੇ ਤੋਬਾ ਤੋਬਾ ਉਹਦੀ ਸੱਸ ਮੈਂ ਵੇਖੀ ਕੀ ਹੋਇਆ ਸੱਸ ਨੂੰ ਇੰਨੀ ਲੜਾਕੀ ਹਾਏ ਹਾਏ ਸੱਸਾਂ ਮਾੜੀਆਂ ਨਹੀਂ ਹੁੰਦੀਆਂ ਨੌ ਵੀ ਮਾੜੀਆਂ ਹੁੰਦੀਆਂ ਨੇ ਨੌ ਤਾਂ ਬਹੁਤ ਚੰਗੀ ਸੀ ਉਹ ਤਾਂ ਮੇਰੀ ਸਹੇਲੀ ਸੀ ਜੱਟੀ ਜੀ ਮੇਰੀ ਸੁਣੋ ਗੱਲ ਤੁਸੀਂ ਹਲੇ ਪਿੰਡ ਜਾ ਕੇ ਤੁਸੀਂ ਕੋਠੇ ਲਿਪਣੇ ਨੇ ਮੱਝਾਂ ਚੋਣੀਆਂ ਨੇ ਤੁਹਾਡੇ ਪਿੰਡ 'ਚ ਕਮੇਟੀਆਂ ਲਈ ਦੱਸ ਗਈ ਤੁਹਾਡੇ ਕਿੰਨੇ ਕੁ ਪ੍ਰੋਬਲਮ ਨੇ ਮੈਨੂੰ ਆਪਣੇ ਮਸਲੇ ਸ਼ੇਅਰ ਕਰੋ ਮੇਰੇ ਬਹੁਤ ਜ਼ਿਆਦਾ ਮਸਲੇ ਨੇ ਮੈਂ ਇਸ ਲਈ ਇੱਥੇ ਕਦੋਂ ਦੀ ਆ ਕੇ ਬੈਠੀ ਸੁਪੋ ਦੀ ਬੈਠੀ ਆ ਰਾਤ ਦੇ 2 ਵਜਣ ਵਾਲੇ ਹੋ ਤੁਸੀਂ ਸਿਆਸਤ ਦਾ ਪ੍ਰੋਗਰਾਮ ਇਸ ਕਰਕੇ ਕਰਨ ਆਏ ਹੋ ਕਿ ਤੁਹਾਡੀ ਸੜਕਾਂ ਨਹੀਂ ਤਾਂ ਵੀਰ ਹੋਈਆਂ ਉੱਥੇ ਪਾਣੀ ਦੀ ਬਹੁਤ ਪ੍ਰੋਬਲਮ ਹੈ ਲੇਕਿਨ ਟੈਨਸ਼ਨ ਨਾ ਲਓ ਸ਼ਹਿਰ 'ਚ ਇਸ ਤੋਂ ਜ਼ਿਆਦਾ ਪ੍ਰੋਬਲਮ ਹੈ ਲੇਕਿਨ ਮੈਂ ਕਹਿੰਦੀ ਮੇਰਾ ਮਸਲਾ ਹੱਲ ਹੋ ਜਾਏਗਾ ਇੱਕ ਵਾਰੀ ਮੇਰੀ ਆਵਾਜ਼ ਫਾਰਮ ਤੱਕ ਜਾਣ ਤੇ ਦੋ ਦੁਆ ਕਰ ਸਾਰੇ ਸਿਆਸਤਦਾਨ ਮਰ ਜਾਣ ਆਪੇ ਮਸਲੇ ਐਡੀ ਐਡੀ ਪਹੁੰਚਾ ਦਿਓ ਮੈਡਮ ਆਵਾਜ਼ ਆਵਾਮ ਤੱਕ ਕਿਵੇਂ ਪਹੁੰਚਾਵਾਂ ਵੇ ਤੈਨੂੰ ਕੀ ਸਮਝਾਇਆ ਨਹੀਂ ਜੱਟੀ ਨੂੰ ਗੱਲ ਨਾ ਕਰ ਇਹ ਖੁਸਰਾ ਸੀ ਇਹਨੇ ਸਿਰੀਆਂ ਲਾ ਲਈਆਂ ਵਿਕੀਆਂ ਨਹੀਂ ਤੂੰ ਤੇ ਹਨਕਾ ਲਾ ਲਈਆਂ ਖੁਸਰਾ ਸੀ ਤੇ ਪੰਜੇ ਲਾ ਲੈਨੇ ਵਿਕੀਆਂ ਨਹੀਂ ਤੇ ਸ਼ਾਮ ਨੂੰ ਪਟਾਕੇ ਕੱਢਣ ਦੇ ਆ ਖੁਸਰਾ ਨੇ ਸਿਰੀਆਂ ਲਾ ਲਈਆਂ ਵਿਕੀਆਂ ਨਹੀਂ ਤੇ ਹਲਕੀ ਜੀ ਬਲੀਚ ਕਰ ਦਿੱਤੀ ਵੇ ਖੁਸਰੇ ਦੀ ਬਦਦੁਆ ਲੱਗਣੀ ਤੁਹਾਨੂੰ ਵੇਖਣਾ ਇਹਨੇ ਵੀ ਪੰਜੇ ਲਾ ਲਏ ਖੁਸਰੇ ਨੇ ਇਹ ਖੁਸਰੇ ਨੇ ਪੰਜੇ ਲਾ ਲਏ ਵਿਕੇ ਨਹੀਂ ਸ਼ਾਮ ਨੂੰ ਇੱਕ ਕਹਿੰਦਾ ਉਹ ਤੇਰੇ ਮੁਕਦਰਾਂ ਚ ਤੇ ਦੋ ਵਿਆਹ ਲਿਖੇ ਨੇ ਬਸ ਕਰ ਦੋ ਸਰੀਆ ਨਹੀਂ ਜਿਵੇਂ ਕਰ ਦੋ ਮੇਰੀ ਵੀ ਕੋਈ ਸੁਣ ਲੋ ਇੱਥੇ ਹਾਂ ਹਾਂ ਜੱਟੀਏ ਤੂੰ ਗੱਲ ਕਰ ਤੇ ਹੁਣ ਮੈਂ ਆਪਣੇ ਘਰ ਜਾ ਕੇ ਆਪਣੀ ਮੱਝਾਂ ਨੂੰ ਵੀ ਚਾਰਾ ਪਾਣਾ ਹੈ ਆਪਣੀ ਬੱਕਰੀਆਂ ਨੂੰ ਵੀ ਖੁਰਾਕ ਤੇ ਆਪਣੀ ਮੁਰਗੀਆਂ ਨੂੰ ਵੀ ਤੇ ਆਪਣੇ ਘਰ ਦੇ ਕੰਮ ਵੀ ਕਰਨੇ ਨੇ ਮੇਰੇ ਘਰ ਮਹਿਮਾਨ ਆਣੇ ਸੀ ਠੀਕ ਹੈ ਮੈਂ ਪਾਰਲਰ ਤੇ ਵੀ ਜਾਣਾ ਸੀ ਹੋਰ ਮੈਂ ਤੁਹਾਨੂੰ ਆਪਣੇ ਕਿਹੜੇ ਕਿਹੜੇ ਕੰਮ ਕਰਾਵਾਂ ਉਹ ਜੱਟੀ ਸਭਾ ਮੈਂ ਮੀਟਿੰਗ ਵੀ ਲੈਣੀ ਸੀ ਜਾ ਕੇ ਉਹ ਜੱਟੀ ਸਭਾ ਚੈਨਲ ਤੇ ਕੰਮ ਐਂਜੀ ਹੁੰਦੇ ਨੇ ਚੈਨਲ ਐਂਜੀ ਚੱਲਦੇ ਨੇ ਕਰਨਾ ਹੈ ਕਰੋ ਨਹੀਂ ਤਾਂ ਜਾਓ ਜਿੱਥੇ ਮਰਜ਼ੀ ਹੈ ਮੈਡਮ ਜੀ ਹਾਂਜੀ ਆਪਣਾ ਬੱਕਰੀਆਂ ਨੂੰ ਵੀ ਪੱਠੇ ਪਾਉਣੇ ਨੇ ਐ ਜਾਨਵਰਾਂ ਨੂੰ ਪਾਣੇ ਨੇ ਮੱਝਾਂ ਨੂੰ ਪਾਣੇ ਨੇ ਕੁੱਕੜੀਆਂ ਨੂੰ ਵੀ ਦਾਣਾ ਪਾਉਣਾ ਹੈ ਆਪਣੀ ਵੀ ਮਾਸ਼ਾਅੱਲਾ ਸੋਹਣੀ ਖੁਰਲੀ ਸਜਾਉਣੀ ਹੈ ਪੁੱਤਰ ਵੀ ਨਹੀਂ ਨਾ ਤੀਆਂ ਨੇ ਰਹਿ ਗਏ ਨੇ ਵਿਚਕਾਰ ਕੁੜੇ ਪੁੱਤਰ ਵੀ ਨਹੀਂ ਹਿਲਦਾ ਏ
ਹੈ ਮਰਾਸ ਪੂਰਾ ਨਹੀਂ ਹੋ ਰਿਹਾ ਇਨਸ਼ਾਅੱਲਾ ਜਿਸ ਤਰ੍ਹਾਂ ਹੀ ਅਰਨਿੰਗ ਆਏਗੀ ਨਾ ਫੋਰ ਨਿਊਜ਼ ਨੂੰ ਤੇ ਖਾਜਾ ਸਾਹਿਬਾਂ ਦੀ ਮਦਦ ਕਰਨੀ ਹੈ ਨਾ ਤੁਹਾਡੇ ਡਾਇਰੈਕਟਰ ਦਾ ਪਤਾ ਨਾ ਐਂਕਰ ਦਾ ਪਤਾ ਠੀਕ ਹੈ ਤੁਸੀਂ ਤੇ ਯਤੀਮਾਂ ਮਸਕੀਨਾਂ ਦੀ ਮਦਦ ਕਰਨ ਲੱਗੇ ਸਾਲ ਖਾਜਾ ਸਾਹਿਬ ਵੀ ਮਿਕਸ ਕਰ ਲੈਣੇ ਤੇ ਉਹ ਵੀ ਤਾਂ ਵਿਚਾਰੇ ਯਤੀਮ ਮਸਕੀਨ ਹੁੰਦੇ ਉਹਨਾਂ ਦਾ ਕੋਣ ਅਗਾ ਪਿੱਛਾ ਹੁੰਦਾ ਇਨਸ਼ਾਅੱਲਾ ਮੈਂ ਉਹਨਾਂ ਦੀ ਮਦਦ ਕਰਾਂਗੀ ਦਿਲ ਕਰਦੇ ਨੇ ਮੈਂ ਵਾਲ ਪੱਟ ਲਵਾਂ ਵਾਲ ਪੁੱਟ ਲਵੇਂ ਏ ਏ ਐਲ 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 ਮੇਰੇ ਵਾਲਾ ਪਿੱਛੇ ਪੈ ਗਈ ਹੈ ਮਰੇ ਚੱਲੀ ਪੰਜਾਬ ਦੀ ਫੜ ਆਪਣੇ ਵਾਲ ਹਾਂ ਹਾਏ ਕੀ ਵਿਗਾੜਿਆ ਸੀ ਤੁਹਾਡਾ ਇੱਕ ਖੁਸਰਾ ਹੁਦੇੜ ਕੇ ਰੱਖਤਾ ਜੇ ਇਹ ਸ਼ੈਸ ਜਿਹੜੀ ਨੂੰ ਟਿਕਣ ਸੀ ਦੇ ਰਹੀ ਜਾਂਦੇ ਇਹਦਾ ਤਾਂ ਬਣਿਆ ਜ਼ੁਲਫਾਂ ਕਾਲੀਆਂ ਨੂੰ ਸ਼ਰਮ ਨਾ ਆਵੇ ਹੈਨਾ ਤੂੰ ਇੱਕ ਖੁਸਰੀ ਸੜਦੀ ਬਲਦੀ ਖੁਸਰੇ ਜੁਗਤਾ ਕਰ ਰਹੇ ਹੋ ਵੇਖੀ ਤੁਹਾਡੀ ਕਵਰ 'ਚ ਵੇਖੀ ਸੱਪ ਆਉਣੇ ਦੋ ਘੜਾ ਬੋਸ ਕੀ ਬਾਗ ਤੇ ਕਹਿੰਦਾ ਮੇਰੇ ਤੇ ਲਾੜਾ ਬਟਾਓ ਖਾਨ ਸਾਹਿਬ ਤੁਸੀਂ ਵੀ ਜੁਗਤਾ ਕਰ ਰਹੇ ਹੋ ਹੁਣ ਖੁਸਰਾ ਮੈਂ ਆ ਸੁਪੇ ਚੱਲ ਆ ਹੁਣ ਆ ਮੈਦਾਨ 'ਚ ਖੁਸਰਿਆਂ 'ਚ ਸ਼ੀਰੀ ਰਹਿਮਾਨ ਹਾਏ ਹਾਏ ਇਹਨੇ ਸਟ੍ਰਾਬਰੀ ਲਾ ਲਈ ਸੜਕ ਤੇ ਫਿਰ ਤੋ 3-4 ਘੰਟੇ ਕੋ ਗਾਹਕ ਨਹੀਂ ਆਇਆ ਫਿਰ ਕੀ ਕੀਤਾ ਇੱਕ ਮਾਈ ਆ ਕੇ ਪੁੱਛਤੀ ਪੁੱਤ ਕੀ ਲਾਇਆ ਈ ਆ ਵੀ ਭੁੱਲ ਗਿਆ ਕਹਿੰਦਾ ਬੁਝੋ ਇਹਨੇ ਵੀ ਇਹਨੇ ਖੁਸਰੇ ਨੇ ਵੀ ਜਪਾਨੀ ਫਲ ਲਾ ਲੇ ਅੱਛਾ ਇੱਕ ਬੰਦਾ ਆਇਆ ਕਹਿੰਦਾ 20 ਰੁਪਏ ਕਿਲੋ ਬੰਦਾ ਕਹਿੰਦਾ ਇਹ ਅੱਧਾ ਕਿਲੋ ਕੱਟ ਕੇ ਦੇ ਦੇ ਅੱਛਾ ਅੱਧਾ ਕਿਲੋ ਦਿੱਤੇ ਉਹਨੇ ਪਹਿਲੀ ਫਾੜੀ ਮੂੰਹ 'ਚ ਪਾਈ ਕਹਿੰਦਾ ਇਹਦੇ ਗਲ ਘੁੱਟਣ ਦੀ ਕਹਿੰਦਾ ਹੋਰ 10 ਰੁਪਈਆਂ ਹੀ ਤੇਰੇ ਲੱਤਾਂ ਘੁੱਟੇ ਨਖਤਿਆ ਅੱਛਾ ਬੜਾ ਠੰਡਾ ਹੈ ਖੁਸਰਾ ਨੂੰ ਤੇ ਨਖਤਿਆ ਇੰਨੀ ਦੇਰ ਹੋ ਗਈ ਹੈ ਮੈਡਮ ਹੁਣ ਤੇ ਠੰਡੇ ਹੋ ਗਏ ਤੂੰ ਜੋ ਮੇਰੇ ਹਮੇਸ਼ਾ ਕੋਲ ਰਵੇ ਤੇ ਮੈਂ ਦੁਨੀਆ ਨੂੰ ਕਹਿ ਦਵਾਂ ਪਰੇ ਪਰੇ ਦਿਲ ਦੇ ਕੇ ਦੁਨੀਆ ਤੋਂ ਕੌਣ ਡਰੇ ਪਾਉ 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 ਦਿਲ ਦੇ ਦੁਨੀਆ ਤੋਂ ਬੱਚਿਆ ਮੈਂ ਲਾਤੀ ਐਨਕ ਐਲਾ ਮੈਡਮ ਇਹ ਕੋਈ ਆਮ ਖੁਸਰਾ ਨਹੀਂ ਇਹ ਜੱਦੀ ਕੁਸ਼ਤੀ ਖੁਸਰਾ ਏ ਅੱਛਾ ਇਹਦੇ ਇਹਦੇ ਦਾਦੇ ਨੇ ਨਾ 1965 ਦੀ ਜੰਗ ਨੱਚੀ ਏ ਖੁਸਰਾ ਦੇ ਤਾਂ ਭਰਾ ਦੋ ਏ ਨਾ ਡਾਕਾ ਮਾਰਨ ਦੀ ਨਾ ਸੋਚ ਲਈ ਇਹਨਾਂ ਨੇ ਕਮਾਦ ਚੋਂ ਗੰਨਾ ਪੁੱਟਿਆ ਉੱਤੇ ਕੱਪੜਾ ਲਵੇਟ ਕੇ ਇਹਦਾ ਆਪਣਾ ਦੁਪੱਟਾ ਹੀ ਆ ਲਵੇਟ ਕੇ ਤੇ ਬਹਿ ਗਿਆ 4-5 ਬੰਦੇ ਆਏ ਖੰਘ ਜਾਣ ਐਨੀ ਕੀਤਾ ਕਹਿੰਦਾ ਓਏ ਰੋਲਾ ਨਾ ਪਾਈ ਅੱਛਾ ਨਾਲੇ ਨਾ ਸਾਨੂੰ ਮਾਰਨਾ ਹੀ ਨਾਲੇ ਸਾਡੀਆਂ ਬੰਦੂਕਾਂ ਚੂੜ ਲੈਣੀ ਹੈ ਤੈਨੂੰ ਦੱਸਦਾ ਕੌਣ ਹੈ ਵੇ ਐਸੀਆਂ ਗੱਲਾਂ ਕੱਲ ਇਹਨੇ ਮੁਹੱਲੇ 'ਚ ਬੜੇ ਚਿੱਤਰ ਖਾਦੇ ਫਿਰ ਉੱਥੇ ਆਪਣੇ ਬੂਹੇ ਕੇ ਖਲੋ ਕੇ ਗਈ ਯਾਰ ਆ ਵੇਖੀ ਜਾ ਸਾਡੀਆਂ ਜਨਾਨੀਆਂ ਸਮਝ ਨੀ ਮੈਂ ਜਾਣਾ ਜੋਗੀ ਲਾਲ ਮੈਂ ਜੋਗੀ ਦੇ ਲਾਲ ਨਾਲ ਜੋਗੀ ਮੇਰੇ ਨਾਲ ਨਾਲ ਮੈਂ ਜੋਗੀ ਦੇ ਬਾਲ ਬਾਲ ਜੋਗੀ ਮੇਰੇ ਨਾਲ ਨਾਲ ਮੈਂ ਜੋਗੀ
मजा वो है जो दूसरों के लिए जिंदगी गुजारी जाए। नेकी करें, नेकी फैलाएं, अपनी जिंदगी को कोई मकसद दें। आपका एक शेयर, आपका एक लाइक, आपका एक सब्सक्राइब किसी की जिंदगी बचा सकता है। अल्लाह पाक हम सबको नेकी करने की तौफीक अता फरमाए। इसके साथ ही अपनी होस्ट रुखसारशी को इजाजत दे। हंसते मुस्कुराते नेक्स्ट फिर किसी नए प्रोग्राम में दोबारा मुलाकात होगी। अल्लाह हाफिज।